ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਪੰਜਾਬ ਰੈਗੂਲਰ ਭਰਤੀ April 2024 ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ। ਵੱਖ ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਇਹਨਾਂ ਪੋਸਟਾਂ ਦੇ ਲਈ ਅਪਲਾਈ ਤੁਸੀਂ ਕਰ ਸਕਦੇ ਹੋ। 10ਵੀਂ +2 ਗ੍ਰੈਜੂਏਸ਼ਨ ਅਗਰ ਕੀਤੀ ਹੈ ਤਾਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਇਲੀਜੀਬਲ ਹੋ। ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਤੁਹਾਡੀ ਉਮਰ ਹੱਦ 21 ਤੋਂ 40 ਸਾਲ ਹੋਣੀ ਚਾਹੀਦੀ ਹੈ। ਆਖਰੀ ਮਿਤੀ ਦੀ ਗੱਲ ਕਰੀਏ ਤਾਂ 18/4/2024 ਇਸ ਦੀ ਲਾਸਟ ਡੇਟ ਰਹਿਣ ਵਾਲੀ ਹੈ। ਕਿਵੇਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਇਸੇ ਵੀਡੀਓ ਦੇ ਵਿੱਚ ਮਿਲੇਗੀ। ਵੀਡੀਓ ਪੂਰੀ ਦੇਖਿਓ, ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਚੱਲਦੇ ਹਾਂ ਨੋਟੀਫਿਕੇਸ਼ਨ ਤੇ। ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਵੱਖ ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਅਕਾਊਂਟ ਆਫੀਸਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ। ਜਨਰਲ ਕੈਟਾਗਰੀ ਦੀ ਇਹ ਪੋਸਟ ਹੈ। ਇਸ ਦੇ ਵਿੱਚ ਤੁਹਾਡਾ ਜੋ ਪੇ ਸਕੇਲ ਰਹਿਣ ਵਾਲਾ ਹੈ, Level 7 ਦੇ ਤਹਿਤ 44,900 ਤੋਂ ਲੈ ਕੇ 1,42,400 ਤੱਕ ਤੁਹਾਡੀ ਸੈਲਰੀ ਇਸ ਦੇ ਵਿੱਚ ਰਹਿਣ ਵਾਲੀ ਹੈ। ਇਸ ਪੋਸਟ ਦੇ ਵਿੱਚ ਅਪਲਾਈ ਤੁਸੀਂ ਕਰ ਸਕਦੇ ਹੋ। ਡੈਪੂਟੇਸ਼ਨ ਤੇ ਵੀ, ਗਵਰਨਮੈਂਟ ਆਟੋਨੋਮਸ ਆਰਗੇਨਾਈਜੇਸ਼ਨ ਤੋਂ ਵੀ ਕੈਂਡੀਡੇਟ ਅਪਲਾਈ ਕਰ ਸਕਦੇ ਨੇ। ਲੇਕਿਨ ਇਸ ਦੇ ਵਿੱਚ ਓਪਨ ਸਿਲੈਕਸ਼ਨ ਵੀ ਹੈ, ਮਤਲਬ ਫਰੈਸ਼ਰ ਕੈਂਡੀਡੇਟ ਵੀ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ। ਓਪਨ ਸਿਲੈਕਸ਼ਨ ਦੇ ਵਿੱਚ ਅਗਰ ਤੁਸੀਂ ਫਿਲ ਕਰਦੇ ਹੋ ਤਾਂ ਤੁਹਾਡੇ ਕੋਲੇ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 55 ਮਾਰਕਸ ਦੇ ਨਾਲ, ਜਾਂ ਤੁਹਾਡੇ ਕੋਲੇ ਪੋਸਟ ਗ੍ਰੈਜੂਏਸ਼ਨ ਕਮਰਸ, ਅਕਾਊਂਟਿੰਗ, ਬਿਜ਼ਨਸ ਐਡਮਿਨਿਸਟ੍ਰੇਸ਼ਨ, ਇਕਨੋਮਿਕਸ ਦੇ ਵਿੱਚ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਤੁਹਾਡੇ ਕੋਲੇ ਐਕਸਪੀਰੀਅੰਸ ਹੋਣਾ ਚਾਹੀਦਾ ਹੈ, 8 ਸਾਲ ਦਾ ਐਕਸਪੀਰੀਅੰਸ ਜਿਹੜਾ ਹੈਗਾ ਇਸ ਦੇ ਵਿੱਚ ਮੰਗਿਆ ਗਿਆ ਹੈ। ਅਗਰ ਪੋਸਟ ਗ੍ਰੈਜੂਏਸ਼ਨ ਹੈ ਤਾਂ ਉਸ ਦੇ ਨਾਲ ਤੁਹਾਡਾ 5 ਈਅਰ ਦਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਮੰਗਿਆ ਗਿਆ ਹੈ। ਇਸ ਦੇ ਵਿੱਚ ਜੋ ਤੁਸੀਂ ਡਾਇਰੈਕਟ ਰਿਕਰੂਟਮੈਂਟ ਅਗਰ ਇਸ ਦੇ ਵਿੱਚ ਲੈਣੇ ਹੋ, ਡੈਪੂਟੇਸ਼ਨ ਤੇ ਨਹੀਂ ਜਾ ਰਹੇ, ਤਾਂ 45 ਸਾਲ ਮੈਕਸੀਮਮ ਤੁਹਾਡੀ ਏਜ ਜਿਹੜੀ ਹੈ ਇਸ ਦੇ ਵਿੱਚ ਰਹਿਣ ਵਾਲੀ ਹੈ। ਦੂਸਰੀ ਪੋਸਟ ਦੀ ਗੱਲ ਕਰੀਏ ਤਾਂ ਸਿਲੈਕਸ਼ਨ ਆਫੀਸਰ ਗ੍ਰੇਡ 2 ਦੀਆਂ ਪੋਸਟਾਂ ਨੇ। 2 ਪੋਸਟਾਂ ਆਊਟ ਕੀਤੀਆਂ ਗਈਆਂ ਨੇ, ਦੋਨੋਂ ਹੀ ਜਨਰਲ ਕੈਟਾਗਰੀ ਦੀਆਂ ਪੋਸਟਾਂ ਨੇ। Level 6 ਦੇ ਤਹਿਤ ਤੁਹਾਡੀ ਸੈਲਰੀ ਰਹਿਣ ਵਾਲੀ ਹੈ। 35,400 ਤੋਂ ਲੈ ਕੇ 1,12,400 ਪਲੱਸ ਤੁਹਾਡੀ ਸੈਲਰੀ ਇਸ ਦੇ ਵਿੱਚ ਮੰਗੀ ਗਈ ਹੈ। ਇਸ ਦੇ ਵਿੱਚ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਵੇ ਕਿਸੇ ਵੀ ਡਿਸਿਪਲਿਨ ਦੇ ਵਿੱਚ, ਔਰ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ, 6 ਈਅਰ ਦਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਮੰਗਿਆ ਗਿਆ ਹੈ। ਇਸ ਦੇ ਵਿੱਚ ਤੁਸੀਂ 40 ਸਾਲ ਤੋਂ ਜ਼ਿਆਦਾ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ। ਫਰਦਰ ਡਿਟੇਲ ਦੀ ਗੱਲ ਕਰੀਏ ਤਾਂ ਪਰਸਨਲ ਅਸਿਸਟੈਂਟ ਦੀਆਂ 5 ਪੋਸਟਾਂ ਆਊਟ ਕੀਤੀਆਂ ਨੇ। ਇਸ ਦੇ ਵਿੱਚ ਜਨਰਲ ਕੈਟਾਗਰੀ ਦੀਆਂ 3, OBC ਦੀ 1 ਅਤੇ SC ਦੀ 1 ਪੋਸਟ ਜਿਹੜੀ ਹੈ ਉਹ ਆਊਟ ਕੀਤੀ ਹੈ। ਇਸ ਦੇ ਵਿੱਚ ਵੀ ਤੁਹਾਡੀ ਜੋ ਪੇ ਰਹਿਣ ਵਾਲੀ ਹੈ Level 6 ਦੇ ਤਹਿਤ 35,400 ਤੋਂ ਲੈ ਕੇ 1,12,400 ਤੱਕ ਤੁਹਾਡੀ ਸੈਲਰੀ ਰਹਿਣ ਵਾਲੀ ਹੈ। ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਰੈਕੋਗਨਾਈਜ਼ ਯੂਨੀਵਰਸਿਟੀ ਵੱਲੋਂ, 5 ਸਾਲ ਦਾ ਤੁਹਾਡੇ ਕੋਲੇ ਟੋਟਲ ਐਕਸਪੀਰੀਅੰਸ ਚਾਹੀਦਾ ਹੈ, ਔਰ 3 ਸਾਲ ਦਾ ਜਿਹੜਾ ਉਸ ਜੂਨੀਅਰ ਸਟੈਨੋਗ੍ਰਾਫਰ ਦਾ ਐਕਸਪੀਰੀਅੰਸ ਅਗਰ ਤੁਹਾਡੇ ਕੋਲੇ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ ਸ਼ੋਰਟ ਹੈਂਡ ਦੀ ਸਪੀਡ ਵੀ ਤੁਹਾਡੀ ਜਿਹੜੀ ਹੈ 100 ਵਰਡ ਪਰ ਮਿੰਟ ਮੰਗੀ ਗਈ ਹੈ, ਔਰ ਟਾਈਪਿੰਗ ਸਪੀਡ ਤੁਹਾਡੀ 40 ਵਰਡ ਪਰ ਮਿੰਟ ਜਿਹੜੀ ਹੈ ਉਹ ਮੰਗੀ ਗਈ ਹੈ। ਇਸ ਦੇ ਵਿੱਚ ਅਪਲਾਈ ਤੁਸੀਂ ਕਰ ਸਕਦੇ ਹੋ। 29 ਸਾਲ ਤੋਂ ਜ਼ਿਆਦਾ ਤੁਹਾਡੀ ਉਮਰ ਜਿਹੜੀ ਹੈ ਇਸ ਦੇ ਵਿੱਚ ਨਹੀਂ ਹੋਣੀ ਚਾਹੀਦੀ। ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਸਟੇਟ ਅਸਿਸਟੈਂਟ ਦੀ 1 ਪੋਸਟ ਹੈ, ਜਨਰਲ ਕੈਟਾਗਰੀ ਦੀ ਪੋਸਟ ਹੈ। Level 5 ਦੇ ਤਹਿਤ ਤੁਹਾਨੂੰ ਸੈਲਰੀ ਦਿੱਤੀ ਜਾਏਗੀ 29,200 ਤੋਂ ਲੈ ਕੇ 92,300 ਤੱਕ ਦੀ ਸੈਲਰੀ ਤੁਹਾਨੂੰ ਇਸ ਦੇ ਵਿੱਚ ਦਿੱਤੀ ਜਾਏਗੀ। 3 ਈਅਰ ਡਿਪਲੋਮਾ ਤੁਸੀਂ ਕੀਤਾ ਸਿਵਲ ਇੰਜੀਨੀਅਰਿੰਗ ਦੇ ਵਿੱਚ 50% ਮਾਰਕਸ ਦੁਆਰਾ, 3 ਈਅਰ ਦਾ ਐਕਸਪੀਰੀਅੰਸ ਹੈ ਤੁਹਾਡੇ ਕੋਲੇ ਬਿਲਡਿੰਗ ਵਰਕਸ ਦਾ, ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ। ਇਸ ਦੇ ਵਿੱਚ ਤੁਸੀਂ ਜਿਹੜੇ ਹੋ 35 ਸਾਲ ਤੋਂ ਜਿਹੜੇ ਹੈਗੇ ਆ ਉਹ ਜ਼ਿਆਦਾ ਨਹੀਂ ਹੋਣੇ ਚਾਹੀਦੇ। ਨੈਕਸਟ ਗੱਲ ਕਰੀਏ ਤਾਂ ਅਸਿਸਟੈਂਟ ਸਿਲੈਕਸ਼ਨ ਆਫੀਸਰ ਦੀਆਂ 4 ਪੋਸਟਾਂ ਆਊਟ ਕੀਤੀਆਂ ਨੇ, ਜਨਰਲ ਕੈਟਾਗਰੀ ਦੀਆਂ 3, OBC ਦੀ 1 ਪੋਸਟ ਜਿਹੜੀ ਆ ਆਊਟ ਕੀਤੀ ਹੈ। Level 5 ਦੇ ਤਹਿਤ ਤੁਹਾਡੀ ਸੈਲਰੀ ਰਹਿਣ ਵਾਲੀ ਹੈ। 29,200 ਤੋਂ ਲੈ ਕੇ 92,300 ਤੱਕ ਦੀ ਪੇ ਤੁਹਾਨੂੰ ਦਿੱਤੀ ਜਾਏਗੀ। ਇਸ ਦੇ ਵਿੱਚ ਬੈਚਲਰ ਡਿਗਰੀ ਮੰਗੀ ਹੈ ਕਿਸੇ ਵੀ ਸਟ੍ਰੀਮ ਦੇ ਵਿੱਚ ਤੁਹਾਡੇ ਕੋਲੇ, ਔਰ ਇਸ ਦੇ ਵਿੱਚ ਏਜ ਲਿਮਿਟ ਜਿਹੜੀ ਆ 35 ਸਾਲ ਤੋਂ ਜਿਹੜੀ ਆ ਉਹ ਜ਼ਿਆਦਾ
ਨਹੀਂ ਹੋਣੀ ਚਾਹੀਦੀ ਅਗਰ ਤੁਸੀਂ ਡਾਇਰੈਕਟ ਰਿਕਰੂਟਮੈਂਟ ਦੁਆਰਾ ਭਰਤ ਹੋ ਰਹੇ ਹੋ। ਇਹ ਇਕੱਲੀਆਂ ਡੈਪੂਟੇਸ਼ਨ ਦੀਆਂ ਨਹੀਂ, ਡਾਇਰੈਕਟ ਰਿਕਰੂਟਮੈਂਟ ਦੁਆਰਾ ਵੀ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ। ਨੈਕਸਟ ਗੱਲ ਕਰੀਏ ਤਾਂ ਸੀਨੀਅਰ ਸੈਕਟਰੀਏਟ ਅਸਿਸਟੈਂਟ ਦੀਆਂ ਪੋਸਟਾਂ ਨੇ, ਟੋਟਲ 7 ਪੋਸਟਾਂ ਨੇ। ਜਨਰਲ ਕੈਟਾਗਰੀ ਦੀਆਂ 5, ਓਬੀਸੀ ਦੀ 1 ਅਤੇ ਐਸਸੀ ਦੀ 1 ਪੋਸਟ ਆਊਟ ਕੀਤੀ ਗਈ ਹੈ। ਲੈਵਲ 4 ਦੇ ਤਹਿਤ ਤੁਹਾਨੂੰ ਸੈਲਰੀ ਦਿੱਤੀ ਜਾਏਗੀ 25,500 ਤੋਂ ਲੈ ਕੇ 81,100 ਤੱਕ ਦੀ ਸੈਲਰੀ ਜਿਹੜੀ ਹੈ ਇਸ ਦੇ ਵਿੱਚ ਦਿੱਤੀ ਜਾਏਗੀ। ਬੈਚਲਰ ਡਿਗਰੀ ਤੁਸੀਂ ਕਿਸੇ ਵੀ ਸਟਰੀਮ ਦੇ ਵਿੱਚ ਕੀਤੀ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ। 35 ਸਾਲ ਤੋਂ ਤੁਹਾਡੀ ਉਮਰ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਹਨਾਂ ਪੋਸਟਾਂ ਦੇ ਲਈ ਜੋ ਲਾਸਟ ਡੇਟ ਹੈ ਉਹ ਹੈ 18/4/2024, ਮਤਲਬ 18/4/2024 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰਨਾ ਹੋਏਗਾ ਔਰ ਆਨਲਾਈਨ ਤੁਸੀਂ ਇਸ ਦੇ ਵਿੱਚ ਅਪਲਾਈ ਕਰਨਾ ਹੋਏਗਾ। ਇਹਨਾਂ ਨੇ ਆਪਣੀ ਵੈਬਸਾਈਟ ਦਾ ਲਿੰਕ ਦਿੱਤਾ, ਤੁਸੀਂ ਇਹ ਵੈਬਸਾਈਟ ਓਪਨ ਕਰਕੇ ਇਹਨਾਂ ਦਾ ਹੀ ਪੂਰਾ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ, ਖੁਦ ਪੜ੍ਹ ਸਕਦੇ ਹੋ ਔਰ ਬਾਅਦ ਵਿੱਚ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦੀ ਜੋ ਫੀ ਹੈ 750 ਰੁਪਏ ਫੀ ਪਰ ਪੋਸਟ ਤੁਹਾਨੂੰ ਜਿਹੜੀ ਹੈ ਲੱਗੇਗੀ। ਕੋਈ ਰਿਫੰਡ ਇਸ ਫੀ ਦਾ ਜਿਹੜਾ ਉਹ ਨਹੀਂ ਦਿੱਤਾ ਜਾਏਗਾ। ਐਸਸੀ ਐਸਟੀ ਵੂਮੈਨ ਦੇ ਲਈ ਕੋਈ ਫੀ ਇਸ ਦੇ ਵਿੱਚ ਨਹੀਂ ਰੱਖੀ ਗਈ। ਏਜ ਲਿਮਿਟ ਦੀ ਗੱਲ ਕਰੀਏ ਤਾਂ ਗਵਰਨਮੈਂਟ ਨੋਰਮਸ ਦੇ ਅੰਡਰ ਤੁਹਾਨੂੰ ਜਿਹੜੀ ਹੈ ਇਸ ਦੇ ਵਿੱਚ ਰਿਲੈਕਸੇਸ਼ਨ ਵੀ ਜਿਹੜੀ ਆ ਉਹ ਦਿੱਤੀ ਜਾਏਗੀ। ਫਰਦਰ ਡਿਟੇਲ ਦੇ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਪੂਰਾ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਡਾਊਨਲੋਡ ਕਰ ਸਕਦੇ ਹੋ ਔਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਗਰ ਐਲੀਜੀਬਲ ਹੋ ਤਾਂ ਅਪਲਾਈ ਕਰ ਸਕਦੇ ਹੋ। ਅਗਰ ਪੋਸਟਾਂ ਦੀ ਗੱਲ ਕਰੀਏ ਤਾਂ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਸ ਟ੍ਰੇਨਿੰਗ ਐਂਡ ਰਿਸਰਚ ਸੈਕਟਰ 26 ਚੰਡੀਗੜ੍ਹ ਦੀਆਂ ਇਹ ਪੋਸਟਾਂ ਨੇ। ਨੋਨ ਟੀਚਿੰਗ ਦੀਆਂ ਇਹ ਪੋਸਟਾਂ ਜਿਹੜੀਆਂ ਉਹ ਆਊਟ ਕੀਤੀਆਂ ਗਈਆਂ ਨੇ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ।